ਅੱਜ ਦੀ ਵੀਡੀਓ ਦਾ ਆਗਾਜ਼ ਕਰਦੇ ਹਾਂ ਤਾਰੇ ਫਜ਼ਲ ਕਰਮ ਔਰ ਸ਼ੁਕਰ ਦੇ ਨਾਲ। ਦੋਸਤੋ ਅਲਹਮਦੁਲਿਲਾ ਕੰਮ ਸ਼ੁਰੂ ਹੋ ਰਿਹਾ ਸੀ ਅਤੇ ਇੱਟਾਂ ਚਾਹੀਦੀਆਂ ਸਨ ਅਤੇ ਸੁਬਹ ਸੁਬਹ ਦਾ ਟਾਈਮ ਹੈ। ਮੈਂ ਗੁਜ਼ਰਿਆ ਸਾਂ ਇੱਕ ਟਾਊਨ ਦੇ ਅੰਦਰੋਂ ਅਤੇ ਬੱਠੇ 'ਤੇ ਜਾ ਰਹੇ ਇੱਟਾਂ ਖਰੀਦਣ ਵਾਸਤੇ। ਸਾਰੇ ਬੱਠਿਆਂ ਦਾ ਰੇਟ ਸ਼ੇਟ ਲਵਾਂਗੇ, ਇੱਟ ਦੇਖਾਂਗੇ ਕਿਸ ਤਰ੍ਹਾਂ ਇੱਟ ਦਾ ਰੇਟ ਹੈ ਔਰ ਇੱਟ ਦੀ ਕੁਆਲਿਟੀ ਵੀ ਚੈੱਕ ਕਰਾਂਗੇ। ਤਕਰੀਬਨ ਸੁਬਹ 8:30 ਦਾ ਟਾਈਮ ਹੈ। ਐਂ ਦੇਖ ਲਓ ਜਨਵਰ ਚਰਾਏ ਜਾ ਰਹੇ ਹਨ ਧੁੱਪ ਦੇ ਵਿੱਚ। ਇੱਕ ਪਰਿੰਦਾ ਮੈਨੂੰ ਬਹੁਤ ਹੀ ਖੂਬਸੂਰਤ ਲੱਗਿਆ ਸੀ ਅਤੇ ਮੈਂ ਕਿਹਾ ਚਲੋ ਇਹਦਾ ਸ਼ਾਰਟ ਹੀ ਆਪਣੇ ਵਿਊਵਰ ਵਾਸਤੇ ਸ਼ੇਅਰ ਕਰ ਦਈਏ। ਗਰਮੀ ਦੀ ਵਜ੍ਹਾ ਤੋਂ ਉਹਨੇ ਪਰੇਸ਼ਾਨ ਹੋਏ ਆ, ਹਵਾ ਚੱਲ ਕੋ ਨਹੀਂ ਰਹੀ ਔਰ ਗਰਮੀ ਧੁੱਪ ਇਤਨੀ ਸਖਤ ਪੈ ਰਹੀ ਨੇ। ਗਰਮ ਲਓ ਗਰਮੀ ਦੀ ਰੁੱਤ ਵੇਖੋ ਜੀ, ਬਤਖਾਂ ਨਹਾ ਰਹੀਆਂ ਨੇ ਪਾਣੀ ਦੇ ਅੰਦਰ, ਤਲਾਬ ਦੇ ਅੰਦਰ ਜੋੜਾ ਜਿਹੜਾ ਬਣਾਇਆ ਉਹਨਾਂ ਨੇ ਉਹਦੇ ਅੰਦਰ, ਉਹਦੀ ਵਜ੍ਹਾ ਤੋਂ ਇਹੀ ਪਰੇਸ਼ਾਨ ਹੋਏ ਆ। ਅਸਲ ਮੌਸਮ ਯਕਦਮ ਇਤਨਾ ਹੀ ਗਰਮ ਹੋਇਆ ਕਿ ਗਰਮ ਲੋਹ ਚੱਲ ਰਹੀ ਹੈ, ਹਵਾ ਵਗੈਰਾ ਕੋਈ ਨਹੀਂ ਔਰ ਗਰਮੀ ਧੁੱਪ ਬਹੁਤ ਸਖਤ ਹੈ, ਉਹਦੀ ਵਜ੍ਹਾ ਤੋਂ ਇਹਨਾਂ ਪਰੇਸ਼ਾਨ ਹੋਏ ਆ। ਅੱਛਾ ਦੋਸਤੋ, ਇੱਟਾਂ ਤਾਂ ਨਹੀਂ ਸਰ ਮਿਲਣੀਆਂ, ਲੇਕਿਨ ਦੁਪਹਿਰ ਦਾ ਟਾਈਮ ਹੋ ਗਿਆ, ਭੁੱਖ ਲੱਗੀ ਹੋਈ ਸੀ। ਮੈਂ ਇੱਕ ਰਸਤੇ 'ਤੇ ਰੁਕਿਆ ਅਤੇ ਮੈਂ ਕਿਹਾ ਚਲੋ ਬਾਈ ਕੋਲ ਸਮੋਸੇ ਹੀ ਖਾ ਲਈਏ। ਸਮੋਸੇ ਟਿੱਕੀਆਂ ਬਣਾ ਰਿਹਾ ਸੀ। ਫਾਈਨਲੀ ਦੋਸਤੋ ਇੱਟਾਂ ਤਾਂ ਮਿਲ ਗਈਆਂ ਸਨ। 7500 ਰੁਪਏ ਦੀ ਨਾ ਅਵਲ ਦੀ ਛਾਂਡ ਮਿਲੀ ਸੀ, ਅੱਛੀ ਕੁਆਲਿਟੀ ਮਿਲੀ ਸੀ। ਲੇਕਿਨ ਦੋਸਤੋ ਤੁਸੀਂ ਆਪਣੇ ਏਰੀਏ ਦੇ ਅੰਦਰ ਰਹਿ ਕੇ ਉੱਥੇ ਤੁਹਾਡੇ ਏਰੀਏ ਦੇ ਅੰਦਰ ਇੱਟਾਂ ਦਾ ਕੀ ਰੇਟ ਹੈ, ਅਵਲ ਦਾ ਕੀ ਰੇਟ ਹੈ, ਉੱਠ ਛਾਣ ਦਾ ਕੀ ਰੇਟ ਹੈ। ਅਸਾਂ ਰੇਟ ਦਾ ਐਡਾ ਕੋਈ ਨਹੀਂ ਸੀ, ਫਰਕ ਇੱਟ ਦੀ ਕੁਆਲਿਟੀ ਵੇਖਣੀ ਸੀ। ਕੁਆਲਿਟੀਆਂ ਬੜੀਆਂ ਨਰਮ ਮੇਰੇ ਸੀ, ਹਲਕੀ ਮੇਰੇ ਸੀ, ਛਾਣ ਤੋਂ ਥੱਲੇ ਮੇਰੇ ਸੀ, ਕਿਉਂਕਿ ਨੀਹਾਂ ਬਣਾਉਣੀਆਂ ਸਨ ਉਹਦੇ ਅੰਦਰ। ਉਹਦੇ ਵਾਸਤੇ ਨਾ ਖੰਗਰ ਔਰ ਅਵਲ ਦੀ ਛਾਣ ਚਾਹੀਦੀ ਸੀ। ਕੁਛ ਹੈ ਬੱਠੇ ਦਾ ਵਿਊ ਹੈ ਅਤੇ ਇਨਸ਼ਾਅੱਲਾ ਨੈਕਸਟ ਵਲੋਗ ਇੱਕ ਆਏਗਾ। ਇੱਟ ਬਿਲਕੁਲ ਜਦੋਂ ਤਿਆਰ ਹੁੰਦੀ ਨਾ, ਮੱਟੀ ਤੋਂ ਲੈ ਕੇ ਪਹਿਲੇ ਦੀ ਮੱਟੀ ਬੜਦੀ, ਫਿਰ ਗਾਰਾ ਬੜਦਾ, ਗਾਰੇ ਤੋਂ ਬਾਅਦ ਉਸ ਤੋਂ ਬਾਅਦ ਉਹ ਇੱਟ ਜਿਹੜਾ ਸਾਂਚੇ ਦੇ ਵਿੱਚ ਤਿਆਰ ਕਰਕੇ ਇੱਟ ਬਣਾਈ ਜਾਂਦੀ ਕੱਚੀ। ਉਸ ਤੋਂ ਬਾਅਦ ਫਿਰ ਬੱਠੇ 'ਤੇ ਲਿਆ ਕੇ ਬੱਠੇ ਦੇ ਅੰਦਰ ਜਿਹੜੀ ਹੈ ਇਹਦੀ ਜਗ੍ਹਾ ਆਉਂਦੀ ਹੈ, ਗੁਲਾਈ ਹੈ, ਇੱਥੇ ਜੋੜੀ ਜਾਂਦੀ ਹੈ ਅਤੇ ਹੁਣ ਪੱਕ ਗਈਆਂ ਨੇ ਇੱਟਾਂ, ਇਹ ਬਾਹਰ ਨਿਕਾਲ ਰਹੇ ਨੇ। ਅਤੇ ਇਹ ਦੇਖੋ ਇਹ ਕੱਚੀਆਂ ਇੱਟਾਂ ਜਿਹੜੀਆਂ ਤਿਆਰ ਹੋਈਆਂ ਨੇ ਲਿਆ ਰਹੇ ਨੇ ਔਰ ਬੱਠੇ ਦੇ ਅੰਦਰ ਜੋੜ ਰਹੇ ਨੇ। ਇਹ ਜੋੜਨ ਤੋਂ ਬਾਅਦ ਅੱਗੇ ਤੁਹਾਨੂੰ ਇਨਸ਼ਾਅੱਲਾ ਦਿਖਾਵਾਂਗੇ ਕਿ ਅੱਗ ਵਗੈਰਾ ਲਗਾ ਕੇ ਅਤੇ ਫਿਰ ਇਹਦੀ ਪਕਾਈ ਸ਼ੁਰੂ ਹੋਏਗੀ। ਅਤੇ ਇਹ ਲਾਜ਼ਮਨ ਦੋਸਤੋ ਤੁਸੀਂ ਆਪਣੇ ਏਰੀਏ ਦੇ ਅੰਦਰ ਰਹਿ ਕੇ ਔਰ ਇੱਟਾਂ ਦਾ ਰੇਟ ਦੱਸਣਾ, ਅਵਲ ਦਾ ਕੀ ਰੇਟ ਹੈ ਅੱਛੀ ਕੁਆਲਿਟੀ ਦਾ, ਔਰ ਅਵਲ ਦੀ ਛਾਂਟੀ ਦਾ ਕੀ ਰੇਟ ਹੈ ਔਰ ਦੋਮ ਦਾ ਕੀ ਰੇਟ ਹੈ ਇੱਟ ਦਾ, ਤਾਂ ਕਿ ਪਤਾ ਚੱਲੇ ਕਿ ਹਰ ਜਗ੍ਹਾ 'ਤੇ ਰੇਟ ਇੱਕ ਹੀ ਹੈ ਜੇ ਮੁਖਤਲਿਫ ਰੇਟ ਹੈ। ਦੋਸਤੋ ਦੇਖ ਲਓ ਦੁਪਹਿਰ ਦਾ ਟਾਈਮ ਹੈ ਔਰ ਕਿਤਨੀ ਸਖਤ ਗਰਮੀ ਹੈ, ਧੁੱਪ ਹੈ ਔਰ ਬੜੀ ਮਿਹਨਤ ਨਾਲ ਭਾਈਜਾਨ ਕੰਮ ਕਰ ਰਹੇ ਨੇ ਅਤੇ ਬੜੀ ਇਹਨਾਂ ਦੀ ਹਿੰਮਤ ਹੈਗੀ ਔਰ ਧੁੱਪ ਵੀ ਹੈ। ਔਰ ਅੱਗੇ ਮੈਂ ਤੁਹਾਨੂੰ ਚੱਲ ਕੇ ਦਿਖਾਉਣਾ ਕਿ ਅੱਗ ਦਾ ਕੰਮ ਵੀ ਹੈ ਜਿੱਥੇ ਮੁਸਲਸਲ 24 ਘੰਟੇ ਅੱਗ ਚੱਲ ਰਹੀ ਹੈ ਔਰ ਉੱਥੇ ਵੀ ਕੁਛ ਬਾਈ ਕੰਮ ਕਰ ਰਹੇ ਨੇ, ਤਾਂ ਕਿ ਇੱਟਾਂ ਦੀ ਪਕਾਈ ਤਦੋਂ ਹੀ ਪਕਾਈ ਹੋਣੀ ਜਦੋਂ ਅੱਗ ਵਗੈਰਾ ਚੱਲਦੀ ਰਹੇਗੀ। ਬੜਾ ਹੀ ਮਿਹਨਤ ਔਰ ਹਾਰਡ ਕੰਮ ਹੈ, ਗਰਮੀ ਦੇ ਅੰਦਰ ਧੁੱਪ ਦੇ ਅੰਦਰ ਰਹਿ ਕੇ ਸਾਰਾ ਦਿਨ ਹੀ ਕੰਮ ਕਰਨਾ, ਬੜੀ ਮਿਹਨਤ ਹੈ ਇਹ ਸਾਡੇ ਮਜ਼ਦੂਰ ਭਾਈਆਂ ਦੀ ਕੰਮ ਸ਼ੁਰੂ ਕਰ ਦੇਣ, ਲੇਕਿਨ ਇਸ ਮਿਹਨਤ ਦਾ ਉਜਰਤ ਦਾ ਇਹਨਾਂ ਨੂੰ ਫਲ ਨਹੀਂ ਮਿਲਦਾ, ਵਿਚਾਰਿਆਂ ਨੂੰ ਫਲ ਨਹੀਂ ਮਿਲਦਾ। ਇਹ ਦੋਸਤੋ ਇਹ ਵੇਖ ਲਓ ਜੀ, ਇਹ ਹੁਣ ਥੱਲੇ ਨਾ ਅੱਗ ਲੱਗੀ ਹੈ। ਇਹ ਜਿਹੜੀ ਅਸੀਂ ਮੁਰਗੀ ਖਾਣੇ ਬਣਾਉਂਦੇ ਉਹਦੇ ਅੰਦਰ ਜਿਹੜਾ ਕਚਰਾ ਹੁੰਦਾ ਨਾ, ਵੇਸਟ ਹੁੰਦੀ ਬਿੱਠਾ ਵਗੈਰਾ ਮੁਰਗੀ ਦੀ, ਉਹ ਲਿਆ ਕੇ ਪਾਉਂਦੇ ਨੇ ਥੱਲੇ ਅੱਗ ਲੱਗੀ। ਇਹ ਹੁਣ ਥੱਲੇ ਰੇੜੀ ਲਿਆ ਕੇ ਸੁੱਟਣਗੇ ਤਾਂ ਥੱਲੇ ਚੱਲ ਜਾਏਗੀ ਅਤੇ ਫੁੱਲ ਹੋ ਜਾਏਗੀ, 10 ਮਿੰਟ ਬਾਅਦ ਫਿਰ ਲਿਆ ਕੇ ਸੁੱਟਣਗੇ। ਇਹਨਾਂ ਨੇ ਜਗ੍ਹਾ ਰੱਖੀ ਥੱਲੇ ਅੱਗ ਜਲਦੀ ਵੀ ਉੱਤੂ, ਲੱਕੜੀ ਵਗੈਰਾ ਜਿਹਾ ਕਚਰਾ ਵਗੈਰਾ ਵੇਸਟ ਵਾਲਾ ਜਿਹੜਾ ਸੁੱਟਣ ਵਾਸਤੇ ਨਾ। ਜੇ ਦੋਸਤੋ ਗੱਲ ਕਰ ਰਿਹਾ ਸਾਂ ਇੱਟ ਦੀ ਜਿਹੜੀ ਤਿਆਰੀ ਹੈ ਨਾ, ਉਹ ਮਜ਼ਦੂਰ ਨਹੀਂ ਦੀ, ਮਜ਼ਦੂਰੀ ਬਹੁਤ ਕੰਮ ਮਿਲਦੀ। 1000 ਜਿਹੜੀ ਇੱਟਾਂ ਨਾ ਸਾਡੇ ਏਰੀਏ ਦੇ ਅੰਦਰ 800 ਰੁਪਏ ਦੀ ਮਜ਼ਦੂਰੀ ਹੈ। 1000 ਇੱਟ ਤਿਆਰ ਕਰਨੀ, ਉਹਦੀ ਮਜ਼ਦੂਰੀ ਜਿਹੜੀ ਤੁਹਾਨੂੰ 800 ਰੁਪਇਆ ਮਿਲੇਗੀ, ਬਹੁਤ ਹੀ ਕੰਮ ਮਜ਼ਦੂਰੀ ਹੈ। ਮਿਹਨਤ ਜ਼ਿਆਦਾ, ਹਾਰਡ ਵਰਕਿੰਗ ਜ਼ਿਆਦਾ, ਲੇਕਿਨ ਉਹਦਾ ਫਲ ਬਹੁਤ ਕੰਮ ਹੈ। ਦੋਸਤੋ ਅਲਹਮਦੁਲਿਲਾ ਇੱਟ ਪਹੁੰਚ ਗਈ ਹੈ ਜੀ, ਮਿਸਤਰੀ ਜਿੱਥੇ ਬਾਈ ਲੱਗੇ ਹੋਏ ਨੇ, ਔਰ ਇਹ ਜਿਹੜਾ ਇਹ ਕੰਮ ਹੋ ਰਿਹਾ ਇਨਸ਼ਾਅੱਲਾ ਇਹਦੀ ਵੀ ਵੀਡੀਓ ਇਨਸ਼ਾਅੱਲਾ ਇੱਕ ਮੁਕੰਮਲ ਆਏਗੀ, ਨੀਹਾਂ ਤੋਂ ਲੈ ਕੇ ਅਤੇ ਔਰ ਲੈਂਟਰ ਤੱਕ ਕਿ ਕੀ ਹੋ ਰਿਹਾ, ਤਿਆਰ ਹੋ ਰਿਹਾ ਇਨਸ਼ਾਅੱਲਾ।
ਸਾਡੇ ਪਹੁੰਚਣ ਤੋਂ ਪਹਿਲੇ ਭਾਈ ਜਾਨ ਇੱਟਾਂ ਲੈ ਕੇ ਆ ਗਿਆ ਸਨ ਅਤੇ ਇਹ ਉਤਾਰ ਰਹੇ ਨੇ ਭਾਈ ਜਾਨ। ਪਹਿਲੇ ਲੇਬਰ ਲੱਗੀ ਹੈ, ਪਹਿਲੇ ਇੱਟ ਆਈ ਸੀ ਲੇਕਿਨ ਉਹਦੀ ਜਿਹੜੀ ਕੁਆਲਿਟੀ ਨਾ ਉਹ ਬਹੁਤ ਨਰਮ ਸੀ, ਕੋਈ ਇੱਟ ਪਸੰਦ ਨਹੀਂ ਸੀ ਆ ਰਹੀ। ਰੇਟ ਦਾ ਤਾਂ 200-300 ਦਾ ਫਰਕ ਸੀ ਲੇਕਿਨ ਇਹ ਹੁਣ ਜਿਹੜੀ ਇੱਟ ਆਈ ਦਾ 300-100 ਰੁਪਏ ਰੇਟ ਜ਼ਿਆਦਾ, ਲੇਕਿਨ ਇੱਟ ਮਾਸ਼ਾਅੱਲਾ ਬਹੁਤ ਅੱਛੀ ਇੱਟ ਹੈ ਕੁਆਲਿਟੀ ਵਾਈਜ਼ ਔਰ ਸਾਂਚੇ ਵਾਈਜ਼ ਹੈ। ਲੇਕਿਨ ਅੱਵਲ ਦੀ ਛਾਣ ਲੇਕਿਨ ਅੱਵਲ ਆਰ ਲੱਗਦੀ ਹੈਗੀ। ਦੋਸਤੋ ਗੱਲ ਕਰ ਰਿਹਾ ਸਾਂ ਕਿ ਮੈਂ ਇਨਸ਼ਾਅੱਲਾ ਇਹ ਜਿਹੜੀ ਇੱਟ ਦੀ ਤਿਆਰੀ ਹੈ ਨਾ ਮੱਟੀ ਤੋਂ ਲੈ ਕੇ ਇੱਟ ਪਕਾਈ ਤੱਕ ਇਨਸ਼ਾਅੱਲਾ ਦਾ ਇੱਕ ਨੈਕਸਟ ਵਲੋਗ ਆਏਗਾ, ਪੂਰੀ ਡਿਟੇਲ ਦੇ ਨਾਲ ਆਏਗਾ ਇੱਟ ਦੀ ਤਿਆਰੀ ਦਾ ਇਨਸ਼ਾਅੱਲਾ। ਭਾਈਜਾਨ ਆ ਰਹੇ ਨੇ ਇੱਟਾਂ ਦੀ ਪਰਚੀ ਲੈ ਕੇ ਤਾਂ ਕਿ ਸਾਈਨ ਕਰ ਦਿਓ। ਉਸ ਵੇਲੇ ਖੰਭੇ ਵੀ ਆ ਗਏ ਸਨ ਤਾਂ ਕਿ ਉੱਥੇ ਬਿਜਲੀ ਉੱਤੇ ਪਹੁੰਚਾਉਣੀ ਸੀ ਅਤੇ ਖੰਭੇ ਨੂੰ ਲੈ ਕੇ ਇਨਸ਼ਾਅੱਲਾ ਉੱਥੇ ਜਾਵਾਂਗੇ ਟਰੈਕਟਰ ਦੀ ਮਦਦ ਨਾਲ। ਫਿਰ ਜਦੋਂ ਇਨਸ਼ਾਅੱਲਾ ਦੀ ਖੁਦਾਈ ਹੋਏਗੀ ਖੰਭੇ ਲੱਗਣਗੇ, ਇਹਦਾ ਵੀ ਇਨਸ਼ਾਅੱਲਾ ਇੱਕ ਨੈਕਸਟ ਵਲੋਗ ਆਏਗਾ ਔਰ ਮੁਕੰਮਲ ਡਿਟੇਲ ਨਾਲ ਇਨਸ਼ਾਅੱਲਾ ਆਏਗਾ। ਸਾਰਾ ਦਿਨ ਜੀ ਗਰਮੀ ਰਹਿਣ ਨਾਲ ਅਸਾ ਟਾਈਮ ਆਇਆ ਕਿ ਮਾਸ਼ਾਅੱਲਾ ਬਹੁਤ ਹੀ ਪਿਆਰਾ ਮੌਸਮ ਹੈਗਾ, ਲੇਕਿਨ ਬਾਰਿਸ਼ ਨਹੀਂ ਆ ਰਹੀ, ਕਿਧਰੇ ਅੱਗੇ ਬਾਰਿਸ਼ ਆ ਰਹੀ ਹੈ। ਲੇਕਿਨ ਇੰਤਹਾਈ ਮਾਸ਼ਾਅੱਲਾ ਬਹੁਤ ਹੀ ਠੰਡੀ ਹਵਾ ਚੱਲ ਚੁੱਕੀਆਂ ਨੇ ਔਰ ਬਹੁਤ ਹੀ ਪਿਆਰਾ ਮੌਸਮ ਬਣ ਗਿਆ, ਬਾਦਲ ਹੀ ਬਾਦਲ ਛਾਏ ਨੇ। ਮਾਸ਼ਾਅੱਲਾ ਜੀ ਮਾਸ਼ਾਅੱਲਾ ਬਹੁਤ ਹੀ ਬਿਊਟੀਫੁਲ ਵਿਊ ਹੈ ਜੀ, ਬਹੁਤ ਹੀ ਪਿਆਰਾ ਮੌਸਮ। ਜਿੱਥੇ 200 ਲੇਬਰ ਲੱਗੀ ਨੇ ਉੱਥੇ ਕੋਈ ਬਿਜਲੀ ਵਗੈਰਾ ਦਾ ਇੰਤਜ਼ਾਮ ਨਹੀਂ ਸੀ, ਲੇਕਿਨ ਇੱਥੇ ਇੱਕ ਜਨਰੇਟਰ ਰੱਖਿਆ ਪੈਟਰੋਲ ਸਿਸਟਮ ਜਿਹੜਾ ਪਾਣੀ ਵੀ ਬੋਰ 'ਚ ਲਗਾ ਕੇ ਖਿੱਚਦਾ। ਉਹਦਾ ਕੋਈ ਫਰੇਮ ਖਰਾਬ ਹੋ ਗਿਆ ਸੀ ਅਤੇ ਫਿਰ ਇਹਨਾਂ ਵੈਲਡਿੰਗ ਕਰਵਾਉਣੀ ਸੀ ਗੈਸ ਵੈਲਡਿੰਗ, ਇਹ ਕਾਰੀਗਰ ਭਾਈ ਕੋਲ ਲਿਆ ਇੱਥੇ ਮੈਂ ਵੈਲਡਿੰਗ ਕਰਵਾ ਰਿਹਾ ਹੈਗਾ।